ਫਿਰੋਜ਼ਪੁਰ 'ਚ ਅਮਨ ਕਾਨੂੰਨ ਦੀ ਵਿਵਸਥਾ ਰਮ ਭਰੋਸੇ ਚੱਲ ਰਹੀਆਂ ਹਨ। ਗੋਲੀਆਂ ਅੱਜ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਵਿੱਚ ਮਾਮੂਲੀ ਝਗੜੇ ਨੂੰ ਲੈ ਕੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ। ਫਾਇਰਿੰਗ ਦੇ ਵਿੱਚ ਇੱਕ ਔਰਤ ਨੂੰ ਗੋਲੀ ਲੱਗੀ, ਜਿਸ ਨੂੰ ਇਲਾਜ ਦੇ ਲਈ ਫਰੀਦਕੋਟ ਲਿਜਾਇਆ ਗਿਆ। ਇਸੇ ਦੌਰਾਨ ਇੱਕ ਗੋਲੀ ਘਰ ਦੇ ਵਿੱਚ ਪਏ ਕੁੱਕਰ ਨੂੰ ਲੱਗ ਗਈ। ਪਰਿਵਾਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਜਿਨ੍ਹਾਂ ਦੇ ਗੋਲੀ ਲੱਗੀ ਹੈ ਉਹਨਾਂ ਦੇ ਤੁਸੀਂ ਕੀ ਲੱਗਦੇ ਹੋ? ਮੈਂ ਉਹਨਾਂ ਦਾ ਭਤੀਜਾ ਜੀ ਛੋਟਾ। ਅੱਛਾ ਜੀ, ਜਦੋਂ ਵਾਕਿਆ ਤੁਸੀਂ ਕਿੱਥੇ ਸੀ? ਮੈਂ ਇੱਥੇ ਬਹਿ ਕੇ ਚੌਲ ਪਾਉਂਦਾ ਪਿਆ ਸਾਂ ਤੇ ਖਾਣੇ ਸੀ ਮੈਂ। ਅੱਛਾ ਜੀ। ਮੈਂ ਕਿਤੋਂ ਬਾਹਰੋਂ ਆਇਆ ਸੀਗਾ। ਠੀਕ ਹੈ ਜੀ। ਤੇ ਉਹਨਾਂ ਨੇ ਨਾ ਸਿੱਧਾ ਆ ਕੇ ਗੱਡੀ ਖਿਲਾਰੀ ਤੇ ਹਾਰਨ ਮਾਰਨ ਲੱਗ ਪਏ ਹੱਥ ਰੱਖਦਾ ਹਾਰਨ ਤੇ। ਠੀਕ। ਤੇ ਆਣ ਕੇ ਉਹਨਾਂ ਨੇ ਸਿੱਧੀ ਫਾਇਰਿੰਗ ਸ਼ੁਰੂ ਕਰਤੀ। ਠੀਕ ਹੈ ਜੀ। ਪਹਿਲਾਂ ਹਵਾਈ ਫਾਇਰ ਕੱਢੇ। ਠੀਕ। ਕਿੰਨੇ ਹਵਾਈ ਫਾਇਰ ਕੱਢੇ? ਹਾਂਜੀ, ਕਿੰਨੇ ਹਵਾਈ ਫਾਇਰ? ਦੋ ਹਵਾਈ ਫਾਇਰ ਕੱਢੇ ਉਹਨਾਂ ਨੇ। ਅੱਛਾ ਜੀ, ਤੁਹਾਡੇ ਵਾਲੇ ਕਿੰਨੇ ਮਾਰੇ? ਫਿਰ ਉਹਨੇ ਦੋ ਇੱਧਰ ਸਾਡੇ ਵਾਲ ਮਾਰੇ, ਪਹਿਲਾਂ ਬੂਹੇ 'ਚ ਮਾਰਿਆ ਇੱਕ। ਅੱਛਾ। ਮੈਂ ਡਰ ਗਿਆ। ਤੇ ਬਾਅਦ 'ਚ ਮੈਂ ਜਦੋਂ ਬੂਹਾ ਖੋਲਿਆ ਉਹਨੇ ਸਾਨੂੰ ਸਿੱਧਾ ਕਰਤਾ ਫਾਇਰ। ਅੱਛਾ ਜੀ। ਫਿਰ ਮੈਂ ਫਿਰ ਡਰਦਾ ਭੱਜ ਗਿਆ, ਮੈਂ ਕੋਠੇ ਤੇ ਗਿਆ ਚਲਾ। ਠੀਕ। ਤੇ ਮੈਂ ਫਿਰ ਉੱਤੋਂ ਵੀਰੇ ਨਾਲ ਬੁਲਾਇਆ ਤੇ ਉਹ ਜਦੋਂ ਵੀਰੇ ਬਾਹਰ ਆਏ ਤੇ ਉਹਨਾਂ ਨੂੰ ਵੀ ਸਿੱਧੇ ਕਰਤੇ। ਠੀਕ ਹੈ। ਉਹਨੇ ਫਾਇਰ ਉਹ ਤਾਂ ਫਾਇਰ ਤੇ ਫਾਇਰ ਕੱਢੀ ਜਾ ਰਹੇ। ਕਿੰਨੇ ਇਹਨਾਂ ਦੀ ਗੋਲੀ ਵੱਜੀ? ਉਹ ਇੱਕ ਇਹਨੇ ਦੀ ਗੋਲੀ ਵੱਜੀ, ਤਾਈ ਜੀ ਦੇ। ਕਿੱਥੇ ਵੱਜੀ? ਪੱਟ ਤੇ ਇੱਥੇ। ਠੀਕ। ਔਰ ਜਿਹੜੀ ਗੋਲੀ ਚੱਲੀ ਹੈ ਕੀ ਰੰਜਸ ਸੀਗੀ? ਇਹਨਾਂ ਦੀ ਵਜ੍ਹਾ ਰੰਜਿਸ਼ ਇਹ ਸੀਗੀ ਵੀ ਜਿਹੜੇ ਰਸਤੇ 'ਚ ਜਾ ਰਹੇ ਸੀ ਅਤੇ ਉਹ ਦੂਜੇ ਘਰ ਵਾਲਿਆਂ ਦੀ ਜਿਹੜੀ ਗਾਂ ਸੀਗੀ ਉਹਦੇ ਨਾਲ ਉਹਦੀ ਗੱਡੀ ਟਕਰਾ ਗਈ। ਗੱਡੀ ਟਕਰਾਉਣ ਤੋਂ ਜਿਹੜਾ ਇਹਨਾਂ ਦੀ ਆਪਸ ਵਿੱਚ ਤੂਤੂ ਮੈਂ ਹੋ ਗਈ। ਉਸ ਤੋਂ ਬਾਅਦ ਜਿਹੜਾ ਵਰਿੰਦਰ ਕੌਰ ਵਾਈਫ ਆਫ ਹਰਬੰਸ ਸਿੰਘ ਆ ਇਹਦੇ ਗੋਲੀ ਵੱਜੀ ਆ ਪੱਟ 'ਚ। ਜਿਹੜੀ ਗੋਲੀ ਮਾਰੀ ਆ ਜਗਜੀਤ ਸਿੰਘ ਸਨ ਆਫ ਅਵਤਾਰ ਸਿੰਘ ਨੇ ਮਾਰੀ ਆ ਆਪਦੇ ਰਿਵੋਲਵਰ ਨਾਲ, ਉਹਦੇ ਪੱਟ 'ਚ ਵੱਜੀ ਆ। ਜਿਹੜੀ ਜੇਰਾ ਇਲਾਜ ਮੈਡੀਕਲ ਕਾਲਜ ਦਾਖਲ ਆ ਅਤੇ ਜੇਰਾ ਇਲਾਜ ਆ ਜਿਹਦਾ ਅਸੀਂ ਬਿਆਨ ਲਿਖ ਕੇ ਕਾਰਵਾਈ ਉਹਦੀ ਕਰ ਰਹੇ ਹਾਂ। 307 ਦਾ ਪਰਚਾ ਅਸੀਂ ਜਿਹੜਾ ਦਰਜ ਕਰਤਾ ਅਤੇ ਜਿਹੜੀ ਅਗਲੀ ਤਫਤੀਸ਼ ਚੱਲ ਰਹੀ ਆ। ਕਿੰਨਿਆਂ 'ਤੇ ਕਰਤਾ ਪਰਚਾ? ਕਿੰਨਿਆਂ 'ਤੇ ਦਰਜ ਕਰਤਾ? ਇੱਕ ਤਾਂ ਜਗਜੀਤ ਸਿੰਘ 'ਤੇ ਕਰਤਾ ਜੀ, ਇੱਕ ਉਸਦੀ ਘਰ ਵਾਲੀ 'ਤੇ। ਠੀਕ। ਅਗਲੀ ਘਰ? ਹਾਂ, ਦੋ ਆ। ਅਤੇ ਜਿਹੜੀ ਬਣਦੀ ਕਾਰਵਾਈ ਅਗਲੀ ਚੱਲ ਰਹੀ ਆ ਅਤੇ ਜੋ ਹਾਲਾਤ ਸਾਹਮਣੇ ਆ ਜਾਣਗੇ।